ਦੇਸ਼ ਦੇ ਸਭ ਤੋਂ ਅਮੀਰ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਛੋਟੇ ਬੇਟੇ ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੇ ਵਿਆਹ ਦੇ ਬੰਧਨ ਵਿੱਚ ਬੱਧ ਚੁੱਕੇ ਨੇ। ਇਸ ਜੋੜੇ ਦੇ ਵਿਆਹ ਲਈ ਦੇਸ਼ ਵਿਦੇਸ਼ ਦੀਆਂ ਸਾਰੀਆਂ ਵੱਡੀਆਂ ਹਸਤੀਆਂ ਨੂੰ ਸੱਦਾ ਪੱਤਰ ਭੇਜੇ ਗਏ ਨੇ। ਸਾਊਥ ਤੋਂ ਲੈ ਕੇ ਬਾਲੀਵੁੱਡ ਤੱਕ ਦੇ ਸਾਰੇ ਸਿਤਾਰਿਆਂ ਨੇ ਇਸ ਵਿਆਹ ਵਿੱਚ ਸ਼ਿਰਕਤ ਕੀਤੀ। ਹਾਲਾਂਕਿ ਬਾਲੀਵੁੱਡ ਦੇ ਖਿਲਾੜੀ ਅਕਸ਼ੈ ਕੁਮਾਰ ਇਸ ਵਿਆਹ ਵਿੱਚ ਸ਼ਾਮਲ ਨਹੀਂ ਹੋ ਸਕੇ। ਦੱਸ ਦਈਏ ਅਕਸ਼ੈ ਕੁਮਾਰ ਦੀ ਮੋਸਟ ਵੋਟਿਡ ਫਿਲਮ ਸਰਫਰਾਜ਼ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋ ਗਈ ਹੈ। ਪਿਛਲੇ ਕੁਝ ਹਫ਼ਤਿਆਂ ਤੋਂ ਉਹ ਫਿਲਮ ਦੀ ਪ੍ਰਮੋਸ਼ਨ ਵਿੱਚ ਰੁੱਝੇ ਹੋਏ ਸਨ। ਜਦੋਂ ਇਹ ਫਿਲਮ ਰਿਲੀਜ਼ ਹੋਈ ਤਾਂ ਅਕਸ਼ੈ ਕੁਮਾਰ ਦੇ ਅਨੰਤ ਅਤੇ ਰਾਧਿਕਾ ਦੇ ਵਿਆਹ ਵਿੱਚ ਸ਼ਾਮਲ ਹੋਣ ਦੀ ਉਮੀਦ ਸੀ, ਜਿਸ ਲਈ ਅਨੰਤ ਅੰਬਾਨੀ ਖੁਦ ਅਕਸ਼ੈ ਨੂੰ ਸੱਦਾ ਦੇਣ ਪਹੁੰਚੇ ਸਨ। ਪਰ ਖ਼ਬਰ ਆ ਰਹੀ ਹੈ ਕਿ ਅਕਸ਼ੈ ਇਸ ਵਿਆਹ ਦੇ ਨਾਲ ਨਾਲ ਸਰਫਰਾਜ਼ ਦੇ ਪ੍ਰਮੋਸ਼ਨ ਦੇ ਆਖਰੀ ਪੜਾਅ 'ਚ ਵੀ ਸ਼ਾਮਲ ਨਹੀਂ ਹੋ ਸਕੇ। ਰਿਪੋਰਟਸ ਮੁਤਾਬਕ ਪ੍ਰੋਡਕਸ਼ਨ ਹਾਊਸ ਦੇ ਕਰੀਬੀ ਸੂਤਰ ਨੇ ਦੱਸਿਆ ਹੈ ਕਿ ਅਕਸ਼ੈ ਕੁਮਾਰ ਆਪਣੀ ਨਵੀਂ ਰਿਲੀਜ਼ ਹੋਈ ਫਿਲਮ ਸਰਫਰਾਜ਼ ਦਾ ਪ੍ਰਮੋਸ਼ਨ ਕਰ ਰਹੇ ਸਨ। ਫਿਲਮ ਦੀ ਪ੍ਰਮੋਸ਼ਨ ਕਾਰਨ ਉਹ ਇੱਧਰ ਉੱਧਰ ਟਰੈਵਲ ਕਰ ਰਹੇ ਸਨ। ਇਸ ਦੌਰਾਨ ਉਹਨਾਂ ਨੇ ਖੁਦ ਨੂੰ ਬਿਮਾਰ ਮਹਿਸੂਸ ਕੀਤਾ ਅਤੇ ਜਦੋਂ ਦੱਸਿਆ ਕਿ ਉਹਨਾਂ ਨੂੰ ਜੀ ਪ੍ਰਮੋਸ਼ਨ ਟੀਮ ਦੇ ਕੁਝ ਮੈਂਬਰਾਂ ਨੂੰ ਕੋਵਿਡ ਲਈ ਪੋਜ਼ਿਟਿਵ ਪਾਇਆ ਗਿਆ ਤਾਂ ਉਹਨਾਂ ਦੇ ਟੈਸਟ ਕਰਵਾਉਣ ਦਾ ਫੈਸਲਾ ਕੀਤਾ। ਜਦੋਂ ਅਕਸ਼ੈ ਕੁਮਾਰ ਨੇ ਟੈਸਟ ਕਰਵਾਇਆ ਤਾਂ ਉਸਦਾ ਨਤੀਜਾ ਵੀ ਪੋਜ਼ਿਟਿਵ ਆਇਆ, ਜਿਸ ਤੋਂ ਬਾਅਦ ਉਹਨਾਂ ਨੇ ਆਪਣੇ ਆਪ ਨੂੰ ਅਲੱਗ ਰੱਖਣਾ ਸ਼ੁਰੂ ਕਰ ਦਿੱਤਾ। ਸਾਰੇ ਮੈਡੀਕਲ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰ ਰਹੇ ਨੇ। ਅਭਿਨੇਤਾ ਦੇ ਨਜ਼ਦੀਕੀ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਅਕਸ਼ੈ ਕੁਮਾਰ ਨੇ ਸ਼ੁੱਕਰਵਾਰ ਨੂੰ ਸਵੇਰੇ ਟੈਸਟ ਕੀਤਾ ਅਤੇ ਇੱਕ ਜ਼ਿੰਮੇਵਾਰ ਵਿਅਕਤੀ ਵਜੋਂ ਉਸਨੇ ਵਾਇਰਸ ਦੇ ਕਿਸੇ ਸੰਭਾਵੀ ਸੰਕਰਮਣ ਨੂੰ ਫੈਲਣ ਤੋਂ ਰੋਕਣ ਲਈ ਆਪਣੇ ਆਪ ਨੂੰ ਕੁਆਰੰਟਾਈਨ ਕਰ ਲਿਆ। ਇਸਦਾ ਮਤਲਬ ਹੈ ਕਿ ਅਕਸ਼ੈ ਕੁਮਾਰ ਸਰਫਰਾਜ਼ ਦੇ ਅੰਤਿਮ ਪ੍ਰਚਾਰ ਸਮਾਗਮਾਂ ਅਤੇ ਅਰਬਪਤੀ ਮੁਕੇਸ਼ ਅੰਬਾਨੀ ਦੇ ਪੁੱਤਰ ਅਨੰਤ ਅੰਬਾਨੀ ਦੇ ਉਦਯੋਗਪਤੀ ਵੀਰੇਨ ਮਰਚੜ ਦੀ ਧੀ ਰਾਧਿਕਾ ਮਰਚੜ ਦੇ ਸ਼ਾਨਦਾਰ ਵਿਆਹਾਂ 'ਚ ਨਹੀਂ ਪਹੁੰਚਣਗੇ। ਅਨੰਤ ਨੇ ਨਿੱਜੀ ਤੌਰ 'ਤੇ ਅਕਸ਼ੈ ਨੂੰ ਵਿਆਹ 'ਚ ਬੁਲਾਇਆ ਸੀ, ਪਰ ਅਦਾਕਾਰ ਦੀ ਸਿਹਤ ਖਰਾਬ ਹੋਣ ਕਾਰਨ ਵਿਆਹ 'ਚ ਸ਼ਾਮਲ ਨਹੀਂ ਹੋ ਸਕੇ। ਵਿਆਹ ਦਾ ਜਸ਼ਨ 3 ਦਿਨ ਤੱਕ ਚੱਲੇਗਾ, ਜਿਸ ਦੀ ਸ਼ੁਰੂਆਤ 12 ਜੁਲਾਈ ਨੂੰ ਵਿਆਹ ਦੇ ਸਮਾਰੋਹ ਨਾਲ ਹੋਵੇਗੀ, ਜਿਸ ਤੋਂ ਬਾਅਦ 13 ਜੁਲਾਈ ਨੂੰ ਸ਼ੁਭ ਆਸ਼ੀਰਵਾਦ ਹੋਵੇਗਾ, 14 ਜੁਲਾਈ ਨੂੰ ਸ਼ਾਨਦਾਰ ਰਿਸੈਪਸ਼ਨ ਅਤੇ 15 ਜੁਲਾਈ ਨੂੰ ਇੱਕ ਸ਼ਾਨਦਾਰ ਰਿਸੈਪਸ਼ਨ ਦੇ ਨਾਲ ਸਮਾਪਤੀ ਹੋਵੇਗੀ। ਹੋਰ ਵਿਸ਼ਵ ਪ੍ਰਸਿੱਧ ਹਸਤੀਆਂ ਦੇ ਆਉਣ ਦੀ ਉਮੀਦ ਹੈ। ਹਾਜ਼ਰੀ ਵਿੱਚ ਜੌਨ ਸੀਨਾ, ਮਾਈਕ ਟਾਇਸਨ, ਜੀਨ ਕਲਾਂਡ, ਵੈਨ ਡੈਮ ਅਤੇ ਜਿਸ ਸ਼ੈਟੀ, ਜੌਨ ਕੈਰੀ ਅਤੇ ਸਟੀਫਨ ਹਾਰਪਰ ਵਰਗੇ ਲੋਕ ਸ਼ਾਮਲ ਹੋ ਜਾਣੇ। ਅਨੰਤ ਅੰਬਾਨੀ ਅਤੇ ਰਾਧਿਕਾ ਮਰਚੜ ਦਾ ਵਿਆਹ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੀਡੀਆ ਦੋਵਾਂ ਦਾ ਧਿਆਨ ਖਿੱਚ ਰਿਹਾ ਅਤੇ ਇਹ ਸਭ ਤੋਂ ਸ਼ਾਨਦਾਰ ਸਮਾਗਮਾਂ ਵਿੱਚੋਂ ਹੋਣ ਲਈ ਤਿਆਰ ਹੈ। ਉਸਦੀ ਅਕਸ਼ੈ ਕੁਮਾਰ ਦੀ ਗੈਰ ਮੌਜੂਦਗੀ ਦੇ ਬਾਵਜੂਦ ਅਕਸ਼ੈ ਕੁਮਾਰ ਦੇ ਪ੍ਰਸ਼ੰਸਕ ਉਹਨਾਂ ਦੀ ਸਿਹਤ ਬਾਰੇ ਜ਼ਿਆਦਾ ਚਿੰਤਕ ਨੇ ਅਤੇ ਅਪਡੇਟਸ ਦੀ ਵੀ ਸ਼ਬਰੀ ਨਾਲ ਇੰਤਜ਼ਾਰ ਕਰ ਰਹੇ ਨੇ ਅਤੇ ਜਲਦ ਹੀ ਠੀਕ ਹੋਣ ਦੀਆਂ ਦੁਆਵਾਂ ਕਰ ਰਹੇ ਨੇ।